ਇੱਕ ਵਾਰ ਨਾ ਇੱਕ ਮਨੁੱਖ ਇੱਕ ਸੰਤ ਜੀ ਕੋਲ ਆਉਂਦੇ। ਸੰਤ ਜੀ ਨੂੰ ਨਮਸਕਾਰ ਕਰ ਤੇ ਪਾਸੇ ਬੈਠ ਜਾਂਦੇ। ਸੰਤ ਜੀ ਉਹਨਾਂ ਵੱਲ ਤੱਕ ਕੇ ਉਹਨਾਂ ਨੂੰ ਪੁੱਛਿਆ, "ਪਿੱਤੂ ਸੀ ਗੁਰਬਾਣੀ ਦਾ ਜਾਪ ਕਰਦੇ ਹੋ?" ਉਹ ਮਨੁੱਖ ਨੇ ਕਿਹਾ, "ਜੀ, ਮੈਂ ਸੁਖਮੀ ਸਾਹਿਬ ਦਾ ਪਾਠ ਦਾ ਜਾਪ ਕਰਦਾ।" ਸੰਤ ਜੀ ਨੇ ਕਿਹਾ, "ਸਾਨੂੰ ਵੀ ਇੱਕ ਪਾਠ ਸੁਣਾ ਦਿਓ।" ਉਹਨੇ ਪਾਠ ਸੁਣਾਉਣਾ ਆਰੰਭ ਕੀਤਾ। ਕੁਝ ਸਮੇਂ ਬਾਅਦ ਪਾਠ ਦੀ ਸਮਾਪਤੀ ਹੋਈ। ਸੰਤ ਜੀ ਨੇ ਕਿਹਾ, "ਇੱਕ ਹੋਰ ਪਾਠ ਸੁਣਾ।" ਅਵੇ ਕਰਦੇ ਕਰਦੇ ਸੰਤ ਜੀ ਨੇ ਉਹਨਾਂ ਤੋਂ ਪੰਜ ਪਾਠ ਸਰਵਨ ਕੀਤੇ ਮਨੁੱਖੇੰਦਾ ਜੀ ਹੁਣ ਸੰਧਿਆ ਦਾ ਸਮਾਂ ਹੋਣ ਵਾਲਾ ਐ ਮੈਨੂੰ ਛੁੱਟੀ ਦੇਵੋ ਸੰਤ ਜੀ ਕਹਿੰਦੇ ਭਲੇ ਪੁਰਖਾ ਤੂੰ ਕੱਲ ਨੂੰ ਜਾਈ ਅੱਜ ਰਹਿ ਜਾ ਤੇ ਕੱਲ ਨੂੰ ਜਾਂਦਿਆਂ ਹੋਇਆਂ ਕੁਝ ਲੈ ਕੇ ਵੇਚ ਆਇਂ ਅੰਮ੍ਰਿਤ ਵੇਲਾ ਹੋਇਆ ਪੰਜ ਪਾਣੀਆਂ ਦੇ ਬਾਣੀਆਂ ਦੇ ਪਾਠ ਤੋਂ ਬਾਅਦ ਅਰਦਾਸ ਤੋਂ ਬਾਅਦ ਉਹ ਫੇਰ ਸੰਤ ਜੀ ਕੋਲ ਆਇਆ ਸੰਤ ਜੀ ਨੇ ਕਿਹਾ ਇਹ ਤੁਸੀਂ ਮੈਨੂੰ ਪਾਠ ਸਰਵਨ ਕਰਵਾਓ ਉਦਹੀਂ ਅੱਜ ਫਿਰ ਉਹਨੇ ਪੰਜ ਪਾਠ ਸਰਵਣ ਕਰਵਾਏ ਸੰਤ ਜੀ ਕਿਹਾ ਅੱਜ ਤੁਹਾਨੂੰ ਇੱਕ ਜੁਗਤ ਦੱਸਦਿਆਂ ਜਿਸ ਨਾਲ ਪਾਠ ਦਾ ਫਲ ਜਲਦੀ ਤੋਂ ਜਲਦੀ ਤੁਹਾਨੂੰ ਮਿਲੇਗਾ ਤੇ ਤੁਸੀਂ ਇੱਕ ਪਾਠ ਕਰਕੇ ਦੋ ਪਾਠ ਜਿੰਨਾ ਫਲ ਲਵੋਗੇ ਇਹ ਸੁਣ ਕੇ ਉਹ ਮਨੁੱਖ ਬੜਾ ਜ਼ਿਆਦਾ ਪਰਸੰਨ ਹੋਇਆ ਉਹਨੇ ਦਪਾਰਾ ਨਮਸਕਾਰ ਕਰਕੇ ਕਿਹਾ ਸੰਤ ਜੀ ਫਿਰ ਤਾਂ ਦੱਸੋ ਸੰਤ ਜੀ ਨੇ ਕਿਹਾ ਪਲੇ ਪੁਰਖਾ ਜਦੋਂ ਵੀ ਤੋ ਅਸ਼ਟਪਦੀ ਖਤਮ ਹੁੰਦੀ ਹੈ ਤਾਂ ਉਥੇ ਤੋਂ ਸੁਖਮਣੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਣਾ ਕੇ ਮਨ ਬਿਸਰਾਮ ਇਹ ਉਚਾਰਨ ਕਰਨਾ ਫਿਰ ਹਰ ਅਸ਼ਟਪਦੀ ਦੀ ਜਦੋਂ ਤੋਂ ਸ਼ੁਰੂਆਤ ਕਰਨੀ ਹੈ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਹ ਕਹਿ ਕੇ ਆਰੰਭ ਕਰਨਾ ਸੰਤ ਜੀ ਕਿਹਾ ਹੁਣ ਤੁਸੀਂ ਜਾ ਸਕਦੇ ਹੋ ਜਦੋਂ ਸ਼ੁਰੂਆਤ ਕਰਨੀ ਹੈ ਉਦੋਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਏ ਕਹਿ ਕੇ ਆਰਾਮ ਕਰਨਾ ਜਦੋਂ ਅਸ਼ਟਪਦੀ ਦੀ ਸਮਾਪਤੀ ਹੋਵੇ ਸੁਖਮਣੀ ਸੁਖ ਅੰਮ੍ਰਿਤ ਪ੍ਰਾਪਨਾਮ ਭਗਤ ਜਨਾ ਕੇ ਮਨ ਬਿਸਰਾ ਏ ਕਹਿ ਕੇ ਤੇ ਤੁਸੀਂ ਉਹਦਾ ਉਚਾਰਨ ਕਰਨਾ ਸੰਤ ਜੀ ਨੇ ਕਿਹਾ ਹੁਣ ਤੁਸੀਂ ਜਾ ਸਕਦੇ ਮਨੁ ਗੁਰੂ ਘਰ ਦੀ ਸੇਵਾ ਤੇ ਤੁਸੀਂ ਜ਼ਰੂਰ ਕਰਿਆ ਕਰੋ ਸੰਗਤ ਵਿੱਚ ਬੈਠ ਤੇ ਨਾਮ ਵੀ ਜਪਿਆ ਕਰੋ ਇਸ ਨਾਲ ਤੁਹਾਡੇ ਲੋਕ ਤੇ ਪਰਲੋਕ ਵੀ ਸੁਖਾਲੇ ਹੋ ਜਾਣਗੇ ਏ ਕਹਿ ਕੇ ਤੇ ਸੰਤ ਜੀ ਚੁੱਪ ਹੋ ਗਏ ਆਪਾਂ ਨੂੰ ਵੀ ਰੋਜ਼ ਸੁਖਮੀ ਸਾਬ ਦਾ ਪਾਠ ਕਰਨਾ ਚਾਹੀਦਾ ਜਦੋਂ ਆਪਾਂ ਸੁਖਮੀ ਸਾਬ ਦਾ ਪਾਠ ਕਰਦੇ ਆ ਤਾਂ ਇੰਜ ਲੱਗਦਾ ਹੈ ਆਪਾਂ ਉਸ ਸਮੇਂ ਪ੍ਰਤੀਤ ਤਾਨੂੰ ਹੋਵੇਗਾ ਵੀ ਆਪਾਂ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰ ਰਹੇ ਹਾਂ ਉਹਨਾਂ ਗੱਲਾਂ ਦਾ ਆਪਾਂ ਨੂੰ ਉੱਤਰ ਦੇ ਰਹੇ ਹੋਣਗੇ ਇਹ ਤਾਂ ਆਪਾਂ ਸਭ ਜਾਣਦੇ ਹਾਂ ਵੀ ਗੁਰਬਾਣੀ ਸੁਖਾਂ ਦਾ ਖਜ਼ਾਨਾ ਤੇ ਜਿਸ ਨੂੰ ਇਹ ਮਿਲ ਗਿਆ ਉਹਦੀ ਜ਼ਿੰਦਗੀ ਚ ਕੋਈ ਦੁੱਖ ਨਹੀਂ ਰਹਿੰਦਾ ਫਿਰ ਜਿਸ ਕਿਸੇ ਕਰ ਵੀ ਕਰੀਬੀ ਹੈ ਦੁੱਖ ਹੈ ਉਹ ਇਸ ਤਰ੍ਹਾਂ ਸੁਖਮੀ ਸਾਬ ਦਾ ਪਾਠ ਕਰਨਾ ਆਰੰਭ ਕਰੋ